RNA ਜੀ, ਆਈ ਹੋਪ ਹੀ ਇਜ਼ ਵੈਲ ਇਨਫ, ਪਰ ਲੱਗਦਾ ਹੈ ਕਿ ਹੁਣ ਠੀਕ ਹੋ ਜਾਣਗੇ। ਹੈਲਥ ਪਰਮਿਟਿੰਗ ਤਾਂ ਮੇਰੇ ਖਿਆਲ 'ਚ ਸਭ ਤੋਂ ਪਹਿਲੀ ਗੱਲ ਉਹਨਾਂ ਲਈ ਇਹੀ ਹੈ, ਪ੍ਰਧਾਨ ਮੰਤਰੀ ਉਹਨਾਂ ਲਈ ਸਭ ਤੋਂ ਪਹਿਲੇ ਨੇ। ਪੰਜਾਬ ਦੀ ਰਾਜਨੀਤੀ ਤੋਂ ਦੂਰ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਵਿੱਚ ਪਹੁੰਚ ਸਕਦੇ ਨੇ। ਇਹ ਜਾਣਕਾਰੀ ਖੁਦ ਪਟਿਆਲਾ ਤੋਂ BJP ਉਮੀਦਵਾਰ ਪ੍ਰਨੀਤ ਕੌਰ ਨੇ ਦਿੱਤੀ ਹੈ। ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਨੇ। 22 ਮਈ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਪਹੁੰਚਣ ਦੀ ਉਮੀਦ ਹੈ। ਦਰਅਸਲ ਸਿਹਤ ਨਾ ਠੀਕ ਹੋਣ ਕਾਰਨ ਕੈਪਟਨ ਪ੍ਰਨੀਤ ਕੌਰ ਲਈ ਵੀ ਚੋਣ ਪ੍ਰਚਾਰ ਨਹੀਂ ਕਰ ਸਕੇ। ਹੁਣ ਤੱਕ ਪਟਿਆਲਾ ਹਲਕੇ ਵਿੱਚ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਹੀ ਚੋਣ ਪ੍ਰਚਾਰ ਕਰਦੇ ਵਿਖੇ ਨੇ। ਇੱਕ ਪਾਸੇ ਕਿਸਾਨਾਂ ਦਾ ਵਿਰੋਧ ਅਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਦੀ ਚੋਣ ਪ੍ਰਚਾਰ ਵਿੱਚ ਗੈਰ ਹਾਜ਼ਰੀ ਸੁਭਾਵਿਕ ਹੈ। ਪ੍ਰਨੀਤ ਕੌਰ ਲਈ ਇਹ ਲੋਕ ਸਭਾ ਚੋਣ ਸਭ ਤੋਂ ਚੁਣੌਤੀਪੂਰਨ ਮੰਨੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਕੈਪਟਨ ਦੀ ਦੂਰੀ ਦਾ ਕਾਰਨ ਉਹਨਾਂ ਦੀ ਸਿਹਤ ਨਾਲ ਠੀਕ ਹੋਣਾ ਦੱਸਿਆ ਗਿਆ ਹੈ। ਪ੍ਰਨੀਤ ਕੌਰ ਮੁਤਾਬਕ ਹੁਣ ਉਹ ਠੀਕ ਹੋ ਰਹੇ ਨੇ ਅਤੇ ਪ੍ਰਧਾਨ ਮੰਤਰੀ ਦੀ ਪਟਿਆਲਾ ਰੈਲੀ ਵਿੱਚ ਆ ਸਕਦੇ ਨੇ। RNA ਜੀ, ਆਈ ਹੋਪ ਹੀ ਇਜ਼ ਵੈਲ ਇਨਫ, ਪਰ ਲੱਗਦਾ ਹੈ ਕਿ ਹੁਣ ਠੀਕ ਹੋ ਜਾਣਗੇ। ਦੇਖੋ ਜੀ, ਹੈਲਥ ਪਰਮਿਟਿੰਗ ਤਾਂ ਮੇਰੇ ਖਿਆਲ 'ਚ ਸਭ ਤੋਂ ਪਹਿਲੀ ਗੱਲ ਉਹਨਾਂ ਲਈ ਇਹੀ ਹੈ, ਪ੍ਰਧਾਨ ਮੰਤਰੀ ਉਹਨਾਂ ਲਈ ਸਭ ਤੋਂ ਪਹਿਲੇ ਨੇ।